भाई जी सत श्री अकाल, नमस्कार, आदाब, सलाम सभी भाइयों को जी। आज पहुंच चुके हैं हरियाणा डिस्ट्रिक्ट कुरुक्षेत्र में, और लाडवा ये गांव है, विनायक भाई की ये छत है। और आपको आज शौक कराएंगे भाई के कबूतरों का। दरअसल भाई पहले जो है ना देसी कलसरे जो पंजाबी कबूतर हैं उनका शौक करते थे, तो बाद में जो इनके बेटा जी हैं उन्होंने जो है मलवई पंजाबी कबूतरों का जो शौक किया है। आपको सारे के सारे कबूतर भी दिखाएंगे, भाई से बात भी करेंगे और कब कहां से कबूतर रखे। बहुत पुरानी कबूतरबाजी करते हैं। ये हरियाणा का कुरुक्षेत्र का एरिया है और विनायक भाई की ये छत है। भाई जी क्या हाल है जी? और ठीक ठाक? ठीक ठाक, सत श्री अकाल जी। किन्नी देर होगी शौक करदे नु? शौक करदे भाई जी अद्धा जी 30-35 साल हो गई। 30-35 साल हो गए जी। हां जी। ते पहले जड़े है यही कबूतर जड़े ही गए तुम सारे देसी रखे हुए सी? हां जी पहला सारे देसी। किथों लेके आए सी? ये सारे अपने घर दे ने कुछ बाहरों जाके बनाए हुए। ठीक है जी। ते बाजी कद दी उड़ांदे तुसी? बाजी भी बड़े पुराने उड़ांदे हैं, 25 सालों तो बाजी छटते हैं देसी घर दी बाजी उड़ाई हुई है। ठीक है जी। ते अपना उस्ताद कौन सी? उस्ताद जी कुछ इत्र दे ने, नरेंद्र शर्मा जी। नरेंद्र शर्मा जी ਉਹ ਵੀ ਉਹਨਾਂ ਕੋਲ ਵੀ ਦੇਸੀ ਆ? ਉਹਨਾਂ ਕੋਲ ਵੀ ਦੇਸੀ ਨੇ ਪਰ ਹੁਣ ਉਹਨਾਂ ਨੇ ਪੰਜਾਬੀ ਰੱਖ ਲਿਆ। ਉਹਨਾਂ ਨੇ ਪੰਜਾਬੀ ਰੱਖ ਲਿਆ? ਹਾਂਜੀ ਹਾਂਜੀ। ਪੰਜਾਬੀ ਤਾਂ ਹੁਣ ਤੁਸੀਂ ਵੀ ਰੱਖ ਲਿਆ? ਹਾਂ ਆਪਾਂ ਵੀ ਕਰਤਾ ਸ਼ੋਅ ਸਟਾਰਟ। ਠੀਕ ਆ ਠੀਕ ਆ। ਤੇ ਇੱਧਰ ਤੁਹਾਡੇ ਦੜੇ ਛੁੱਟਦੇ ਆ ਬਾਜੀ? ਇੱਧਰ ਵੀ ਹਾਂ ਪੂਰੇ ਦੜੇ ਛੁੱਟਦੇ ਆ ਹੁਣ ਤਾਂ। ਹੁਣ ਛੁੱਟਦੇ ਆ ਪੂਰੇ ਦੇ ਪੂਰੇ। ਤੇ ਇਹ ਜਿਹੜੇ ਪੰਜਾਬੀ ਮਲਵਈ ਕਬੂਤਰ ਆ ਇਹ ਕਿੱਥੋਂ ਆਏ ਨੇ? ਇਹ ਸਾਰੇ ਉਸਤਾਦ ਕੋਲੋਂ ਆਏ ਮੁੰਡੇ ਦੇ, ਤੇ ਆਪਣੇ ਇੱਧਰ ਉੱਧਰ ਤੋਂ ਲੈ ਕੇ ਮੁੱਲ। ਕਿਹੜਾ ਉਸਤਾਦ ਬਾਈ ਜੀ ਆਪਣਾ? ਉਸਤਾਦ ਹਨੀ ਧੋਗੜੀ ਜਲੰਧਰ। ਹਨੀ ਧੋਗੜੀ ਗਰੁੱਪ ਜਲੰਧਰ। ਬਾਈ ਹੁਣਾਂ ਦੇ ਕਬੂਤਰ ਵਧੀਆ ਬਾਜੀਆਂ ਪੰਜਾਬ 'ਚ ਛੱਡਦੇ ਨੇ, ਹਨੀ ਵੀਰ ਹੋਣੀ ਵੀ, ਅਤੇ ਵਧੀਆ ਕਬੂਤਰ ਨੇ ਉਹਨਾਂ ਦੇ ਵੀ। ਅਤੇ ਇਸੇ ਸਾਲ ਹੀ ਆਪਾਂ ਇਹ ਰੱਖੇ ਨੇ ਮਲਵਈ ਕਿ ਪਹਿਲੇ ਵੀ ਰੱਖੇ ਸੀ? ਬਸ ਹੁਣ 2 ਸਾਲ ਹੋਏ ਰੱਖਣ ਲੱਗੇ। 2 ਸਾਲ ਹੋਏ ਨੇ। ਠੀਕ ਹੈ ਜੀ। ਅਤੇ ਇਹ ਘਰ ਦੇ ਵਿੱਚ ਸਾਰਿਆਂ ਨੂੰ ਲਗਭਗ ਮੈਨੂੰ ਲੱਗਦਾ ਕਿ ਸ਼ੌਂਕ ਹੈਗਾ ਆ ਜੀ? ਹਾਂਜੀ ਸਾਰਿਆਂ ਨੂੰ ਸ਼ੌਂਕ ਹੈਗਾ ਜੀ। ਇਹ ਭਰਾ ਬੈਠਾ ਜੀ, ਉਹ ਭਰਾ ਹੈ ਮੁੰਡੇ ਨੇ। ਠੀਕ ਹੈ ਜੀ। ਇਹ ਆਪਣਾ ਮਿੱਤਰ ਹੈਗਾ ਤੇ ਉਹ ਵੀ ਸਾਰੇ ਸ਼ੌਕੀ। ਇਹ ਜੀ ਜਿੰਨੇ ਵੀ ਸਾਰੇ ਕਬੂਤਰਾਂ ਵਾਲੇ ਨੇ ਜੀ, ਸ਼ੌਂਕ ਜਿਹੜਾ ਬਹੁਤ ਜ਼ਿਆਦਾ ਆ। ਇਹ ਬਾਈ ਹੁਣਾਂ ਦੇ ਬ੍ਰਦਰ ਨੇ ਜੀ ਜਿਨ੍ਹਾਂ ਨੇ ਕੈਪ ਲਾਈ ਹੋਈ ਆ, ਅਤੇ ਸ਼ੌਂਕ ਜਿਹੜਾ ਹੈਗਾ ਸਾਰਿਆਂ ਨੂੰ ਬਹੁਤ ਜ਼ਿਆਦਾ ਹੈਗਾ ਆ। ਅਤੇ ਬਾਜੀਆਂ ਜਿਹੜੀਆਂ ਹੈਗੀਆਂ ਆ ਸਿੱਧੀਆਂ ਉੜਦੀਆਂ ਜਾਂ ਮੈਚ ਹੀ ਉੜਦੇ ਆ ਜੀ? ਬਾਜੀਆਂ ਬਸ ਮੈਚ ਉੜਦੇ ਨੇ ਹੁਣ ਤਾਂ। ਬਾਜੀਆਂ ਸਿੱਧੀਆਂ ਨਹੀਂ ਲੱਗਦੀਆਂ? ਨਾ ਸਿੱਧੀਆਂ ਘੱਟ ਲੱਗਦੀਆਂ। ਆਪਾਂ ਟੂਰਨਾਮੈਂਟ ਕਰਾਈਦਾ ਜੀ ਕਰਨਾਲ ਵਾਲਾ। ਠੀਕ ਹੈ ਜੀ। ਦੇਸੀ ਹਾਈ ਪਲੇਅਰ ਵਾਲਾ ਅਤੇ ਆਲ ਇੰਡੀਆ ਵਾਲਾ ਟੂਰਨਾਮੈਂਟ। ਠੀਕ ਹੈ ਜੀ। ਇਹ ਆਲ ਇੰਡੀਆ ਵਾਲਾ ਟੂਰਨਾਮੈਂਟ ਦੀ ਕੀ ਹਿਸਟਰੀ ਆ ਜੀ, ਇਹਦੇ ਬਾਰੇ ਦੱਸੋ ਮਾੜਾ ਜਿਹਾ। ਇਹ ਦਿੱਲੀ ਤੋਂ ਔਰਗਨਾਈਜ਼ਰ ਨੇ ਇਹਦੇ। ਅੱਛਾ। ਉਹੀ ਉਡਵਾਉਂਦੇ ਆ ਅਤੇ ਉਹਨਾਂ ਦੇ ਅੰਪਾਇਰ ਆਉਂਦੇ ਅੱਗੇ। ਉਹਨਾਂ ਦੇ ਅੰਪਾਇਰ ਆਉਂਦੇ ਆ। ਹਾਂ। ਇਹਦੇ ਵਿੱਚ ਆਲ ਇੰਡੀਆ ਦੀਆਂ ਛੱਤਾਂ ਹੁੰਦੀਆਂ? ਆਲ ਇੰਡੀਆ ਦੀ ਛੱਤਾਂ ਹੁੰਦੀਆਂ ਇਹਦੇ 'ਚ, ਮਈ 'ਚ ਉੱਡਦਾ ਇਹ ਟੂਰਨਾਮੈਂਟ। ਇਹਦੇ ਵਿੱਚ ਤਾਂ ਫਿਰ ਜਿਹੜੇ ਜਿਹੜੇ ਏਰੀਆ 'ਚ ਟੈਂਪਰੇਚਰ ਘੱਟ ਹੁੰਦਾ ਉੱਧਰਲਾ ਫਿਰ ਨੰਬਰ ਲੱਗਦੇ ਹੋਣਗੇ? ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ, ਆਪਣਾ ਵੀ ਨੰਬਰ ਪਿਆ ਹੋਇਆ 2 ਵਾਰ। ਪਿਆ ਤੁਹਾਡਾ ਵੀ ਨੰਬਰ? ਸੈਕਿੰਡ ਪ੍ਰਾਈਜ਼ ਪਿਆ ਹੋਇਆ 2 ਵਾਰ ਆਲ ਇੰਡੀਆ 'ਚ। ਆਲ ਇੰਡੀਆ। ਤੇ ਪ੍ਰਾਈਜ਼ ਕੀ ਦਿੰਦੇ ਆ ਜੀ? ਇੱਕ ਸ਼ੀਲਡ ਦਿੰਦੇ ਆ ਜੀ ਬਸ। ਬਸ ਇਹਦੀ ਐਂਟਰੀ ਕਿੰਨੀ ਹੁੰਦੀ ਆ? ਐਂਟਰੀ 1000 ਰੁਪਏ ਦਿੱਲੀ 'ਚ। ਠੀਕ ਹੈ ਜੀ। ਜਿੰਨੇ ਵੀ ਮੈਜੋਰਿਟੀ ਇਕੱਠੀ ਹੁੰਦੀ ਹੈ ਪੁੱਤਰ ਆਲ ਇੰਡੀਆ ਦੇ ਜਿੰਨੇ ਵੀ ਫੰਕਸ਼ਨ ਜਾਂਦੇ ਨੇ। ਹਾਂਜੀ। ਚਾਹ ਪਾਣੀ ਦਾ ਇੰਤਜ਼ਾਮ, ਰੋਟੀ ਦਾ ਇੰਤਜ਼ਾਮ, ਜਿਵੇਂ ਹਰੇਕ ਤਰ੍ਹਾਂ ਤੋਂ ਬਹੁਤ ਵਧੀਆ ਇੰਤਜ਼ਾਮ ਰੱਖਦੇ ਨੇ ਉਹ। ਠੀਕ ਹੈ ਜੀ। ਸਿਰਫ ਇੱਕ ਨਾਮ ਵਾਲੀ ਗੱਲ ਹੁੰਦੀ ਹੈ ਬਈ ਆਪਾਂ ਆਲ ਇੰਡੀਆ ਟੂਰਨਾਮੈਂਟ ਉਡਾਇਆ। ਠੀਕ ਹੈ ਜੀ। ਉਹਦੇ 'ਚ ਫਸਟ ਪ੍ਰਾਈਜ਼ ਆਵੇ, ਦੂਜਾ ਆਵੇ, ਸੈਕਿੰਡ, ਥਰਡ ਆਵੇ ਕੋਈ ਵੀ, ਅਤੇ ਬੰਦੇ ਨੂੰ ਹੁੰਦਾ ਵੀ ਮੈਂ ਆਲ ਵਰਲਡ ਦਾ ਟੂਰਨਾਮੈਂਟ ਉਡਾ ਚੁੱਕਿਆ ਹਾਂ। ਠੀਕ ਹੈ। ਇਹ ਸਿਰਫ ਸੀਨ ਕਬੂਤਰਾਂ ਵਾਸਤੇ ਹੈ। ਠੀਕ ਹੈ ਜੀ। ਹੋਰ ਕੋਈ ਕਬੂਤਰ ਅਤੇ ਹੋਰ ਕੋਈ ਨਸਲ ਨਹੀਂ ਉੱਡਦੀ ਬਿਲਕੁਲ। ਸਹੀ ਹੈ ਜੀ। ਚਲੋ ਬਹੁਤ ਵਧੀਆ, ਹਰ ਕਿਸੇ ਦਾ ਆਪੋ ਆਪਣਾ ਤਰੀਕਾ ਜੀ, ਆਪੋ ਆਪਣਾ ਨਜ਼ਰੀਆ ਹੈਗਾ ਆ, ਅਤੇ ਬਹੁਤ ਵਧੀਆ। ਅਤੇ ਬਾਈ ਹੁਣਾਂ ਦੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ, ਕਿਹੜੇ ਕਿਹੜੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ, ਜਿਹੜੇ ਬਾਜੀਆਂ ਜਿੱਤੇ ਹੋਏ ਕਬੂਤਰ ਆ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇਹ ਬਾਈ ਹੁਣਾਂ ਦਾ ਇੱਕ ਖੁੱਡਾ ਆ ਜੀ, ਛੱਡਿਆ ਸੀ ਸ਼ਾਦੀਪੁਰ ਪਿੰਡ ਹੈ ਜੀ, ਛੋਟਾ ਪਿੰਡ ਹੈ ਜਿੱਥੇ ਛੱਡਿਆ ਸੀ।
ਤੇ ਇਹ ਕਬੂਤਰ ਜੀ ਸਵੇਰੀ 7:30 ਵਜੇ ਓਲੇ ਲੱਗੇ ਸੀ ਜੀ। ਹਾਂਜੀ ਤੇ ਰਾਤ ਨੂੰ 7:40 ਤੇ ਬੈਠਿਆ ਸੀ ਜੀ। 7:40 ਤੱਕ ਕਬੂਤਰ ਨੇ ਉਡਾਰ ਕੀਤੀ ਹੈ ਜੀ। ਤੇ ਪਰ ਦੇਖੋ ਕਬੂਤਰ ਦੇ ਦੁਕਾਨ ਨੇ ਦਿਨਾ ਕਰਤਾ ਬਹੁਤ ਵਧੀਆ ਜੀ। ਤੇ ਇਹ ਨੇ ਜੀ ਇਹਦੇ ਪੰਜੇ। ਖੱਟੀਆਂ ਅੱਖਾਂ ਦਾ ਕਬੂਤਰ ਹੈ ਜੀ, ਬਹੁਤ ਵਧੀਆ ਵੀਰੇ। ਤੇ ਜੀ ਇੱਕ ਬਾਜੀ 'ਚ ਹੋਰ ਛੱਡਿਆ ਸੀ ਜੀ, ਉੱਥੇ ਬਾਜੀ ਕੈਂਸਲ ਹੋ ਗਈ ਸੀ, ਮੀਂਹ ਪੈ ਗਿਆ ਸੀ। ਅੱਛਾ ਅੱਛਾ। ਤੇ ਉੱਥੇ 80 ਕਬੂਤਰ ਉੱਡੇ ਸੀ। ਸਹੀ, ਬਹੁਤ ਵਧੀਆ ਜੀ। 1600 ਰੁਪਏ ਐਂਟਰੀ ਜੀ। ਠੀਕ ਹੈ। ਤੇ ਇਹ ਕਬੂਤਰ ਹੈ ਜੀ। ਹਾਂਜੀ ਇਹ ਆਇਆ ਤਾਂ ਜੀ ਫੌਜੀ ਪਿਲਕਣੀ ਹੈ ਜੀ। ਫੌਜੀ ਪਿਲਕਣੀ? ਹਾਂ, ਉੱਥੋਂ ਕਬੂਤਰ ਆਇਆ ਜੀ। ਤੇ ਇਹ ਕਬੂਤਰ ਹੈਲੀਕਾਪਟਰ ਵਾਂਗੂ ਉੱਡਦਾ, ਜਿਵੇਂ ਡਰੋਨ ਨਹੀਂ ਉੱਡਦਾ ਪਰ ਛੋੜ ਛੋੜ ਕੇ ਉਵੇਂ ਉੱਡਦਾ ਕਬੂਤਰ। ਤੇ ਉਹਨੇ ਬਾਜੀ ਛੱਡਿਆ ਸੀ ਉੱਥੇ, ਪਹਿਲੇ ਬਹਿ ਗਿਆ ਸੀ ਜੀ, ਇਹ ਬਾਜੀ ਤਾਂ ਨਹੀਂ ਜਿੱਤ ਸਕਿਆ ਸੀ। ਹਾਂਜੀ, ਪਰ ਇਹ ਕਬੂਤਰ ਨੇ ਜੀ ਟਾਈਮ ਬੜੇ ਵਧੀਆ ਕੀਤਾ ਸੀ ਜੀ, ਅਤੇ ਘਰ ਵੀ ਵਧੀਆ ਉੱਡਦਾ ਇਹ ਕਬੂਤਰ। ਸਹੀ ਹੈ ਜੀ। ਅਤੇ ਹੁਣ ਅਸੀਂ ਇਹ ਜੋੜਿਆਂ 'ਤੇ ਲਾਤਾ ਜੀ, ਅਤੇ ਇਹਦੇ ਬੱਚੇ ਖੜਾਉਂਦੇ ਨੇ, ਇਹ ਇਹਦੇ ਨਾਲ ਲਾਲ ਡੱਬੀ ਕਬੂਤਰੀ ਲਾਈ ਹੋਈ ਆ। ਸਹੀ ਹੈ ਜੀ। ਅਤੇ ਇਹ ਕਬੂਤਰੀ ਜੀ ਕਾਕਾ ਨਾਈ ਕਿਲੇ ਵਾਲੇ ਆ ਜੋ ਹੈ ਜੀ ਕਬੂਤਰੀ। ਸਹੀ ਹੈ ਜੀ। ਇਹ ਕਿੱਥੋਂ ਲੈ ਕੇ ਆਏ ਸੀ? ਇਹ ਉਹ ਪਿਲਖਣੀ ਵਾਲੇ ਤੋਂ ਹੀ ਲੈ ਕੇ ਆਏ ਸੀ, ਫੌਜੀ ਪਿਲਖਣੀ ਜੀ। ਬਹੁਤ ਵਧੀਆ ਜੀ। ਅਤੇ ਇਸ ਅੱਖ 'ਚ ਟੀਰ ਪੈ ਰਿਹਾ ਜੀ ਇਹਦਾ? ਹਾਂ, ਟੀਰ ਪੈਂਦਾ ਇਸ ਅੱਖ 'ਚ। ਅਤੇ ਇਹ ਕਾਲੀ ਹੈ ਜੀ ਅੱਖ। ਸਹੀ ਹੈ। ਅਤੇ ਕਦੇ ਟੀਰ ਵੱਡਾ ਹੋ ਜਾਂਦਾ ਅਤੇ ਕਦੇ ਛੋਟਾ ਹੋ ਜਾਂਦਾ ਜੀ। ਸਹੀ ਹੈ ਜੀ। ਅਤੇ ਇਹ ਪੰਜੇ ਨੇ ਜੀ ਕਬੂਤਰੀ ਦੇ। ਠੀਕ ਹੈ। ਇਹ ਬਾਈ ਦੇ ਕਬੂਤਰ ਜੀ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਮਲਵਈ ਕਬੂਤਰ ਹੀ ਬਾਈ ਉਹਨਾਂ ਨੇ ਛੱਡੇ ਹੋਏ ਨੇ। ਹਣੀ ਧੋਗੜੀ ਵਾਲੇ ਕਿਹੜੇ ਨੇ ਇਹਦੇ ਵਿੱਚ? ਹੈਲੋ ਜੀ, ਬਾਈ ਉਹਨਾਂ ਨੇ ਫੜਿਆ ਇੱਕ ਕਬੂਤਰ। ਇਹ ਕਬੂਤਰੀ ਹੈ ਜੀ। ਕਬੂਤਰੀ ਹੈ? ਹਾਂਜੀ। ਖੱਟੀਆਂ ਅੱਖਾਂ ਦੀ ਕਬੂਤਰੀ ਆ। ਇਹ ਵੱਡੇ ਜੋੜਿਆਂ 'ਚੋਂ ਦਿੱਤੀ ਸੀ ਜੀ ਕਬੂਤਰੀ ਬਾਈ ਨੇ। ਹੈਲੋ ਜੀ। ਅਤੇ ਕਬੂਤਰੀ ਪਰ ਹੈ ਜੀ, ਕਬੂਤਰੀ ਜੀ ਬਹੁਤ ਸੋਹਣੇ ਪਰ ਹੈ ਜੀ। ਅਤੇ ਇੱਕ ਵਾਰੀ ਦਿੱਤੀ ਹੋਈ ਕਬੂਤਰੀ ਹੈ ਜੀ ਇਹ ਪੰਜੇ ਨੇ। ਇਹ ਬਾਈ ਹਣੀ ਧੋਗੜੀ, ਜਲੰਧਰ ਦੇ ਲਾਗੇ ਪਿੰਡ ਹੈ ਜੀ ਧੋਗੜੀ, ਅਤੇ ਵਧੀਆ ਬਾਜੀਆਂ ਵੀਰ ਹੁਣੀ ਉਡਾਉਂਦੇ ਨੇ ਉਹਨਾਂ ਦੇ ਘਰ ਦੀ ਹੈ ਜੀ। ਅਤੇ ਇਹਦੇ ਨਾਲ ਜਰਚਾ ਕਬੂਤਰ ਲਾ ਕੇ ਦਿੱਤਾ ਜੀ। ਇਹ ਕਬੂਤਰ ਲਾ ਕੇ ਦਿੱਤਾ ਜੀ ਬਾਈ ਨੇ। ਇਹ ਦੇਖੋ ਜੀ ਨਰ ਦੇ ਪਰ। ਇਹ 3 ਵਾਜੇ ਜਿੱਤ ਕਬੂਤਰ ਹੈ ਜੀ 21 ਸਾਲ 'ਚ। 1 ਸਾਲ ਦੇ ਵਿੱਚ ਇਹਨੇ 3 ਵਾਜੀਆਂ ਜਿੱਤੀਆਂ ਹੋਈਆਂ। ਜਰਚਾ ਕਬੂਤਰ ਹੈ ਜੀ। ਇਹਨੂੰ ਤੁਸੀਂ ਜਰਚਾ ਕਾਲੀ ਕਹਿੰਦੇ ਆ? ਬਸ ਇਹ ਜਰਚੀਆਂ ਅੱਖਾਂ ਕਹਿੰਦੇ ਆ ਸਾਡੇ। ਪੀਲੀਆਂ ਅੱਖਾਂ ਨੂੰ ਤੁਸੀਂ ਜਰਚੀਆਂ ਕਹਿੰਦੇ ਹੋ? ਹਾਂਜੀ, ਸਾਡੇ ਇੱਥੇ ਇਹ ਸੂਰ ਪੰਜੇ ਨੇ ਜੀ ਇਹਦੇ। ਬਹੁਤ ਵਧੀਆ ਜੀ। ਇਹ ਬਾਈ ਇੱਕ ਹੋਰ ਚੀਜ਼ ਦੱਸੋ, ਤੁਸੀਂ ਇਹ ਬੱਚੇ ਹੁਣ ਕਢਾ ਰਹੇ ਹੋ, ਬਚ ਜਾਂਦੇ ਆ ਬੱਚੇ ਇਹਨਾਂ ਦਿਨਾਂ 'ਚ? ਬਚ ਜਾਂਦੇ ਆ ਜੀ, ਅਤੇ ਅਸੀਂ ਇਹਦੇ ਘਰ ਸ਼ਿਫਟ ਕੀਤਾ ਸੀ ਜੀ ਪਹਿਲੇ। ਠੀਕ ਆ। ਅਤੇ ਬੱਚੇ ਕੱਟ ਸੀ ਜੀ, 2-4 ਹੀ ਸੀ ਜੀ ਬੱਚੇ, ਅਤੇ ਸਰਕਾਰ ਨੇ ਕਹਿ ਤਾ ਜੀ ਇੱਕ ਇੱਕ 2 ਹੋਰ ਕਢਾ ਲਓ ਅਤੇ ਜੋੜੇ ਤੋੜ ਦਿਓ ਜੀ। ਅਤੇ ਬਾਈ ਇੰਨੀ ਠੰਡ ਦੇ ਵਿੱਚ ਬਚਣਾ ਮਤਲਬ ਕਹਿਣ ਦਾ ਬੜਾ ਔਖਾ ਆ ਇਹਨਾਂ ਦਾ। ਉਹ ਤਾਂ ਆਪਣੀ ਸਾਂਭ ਸੰਭਾਲ ਹੈ ਜੀ, ਕਿਵੇਂ ਕਰਨੀ ਜੀ। ਅੱਛਾ। ਹਾਂਜੀ, ਅਤੇ ਮਤਲਬ ਉੱਪਰ ਬੈਠੇ ਰਹਿੰਦੇ ਆ ਇਹਨਾਂ ਦੇ? ਹਾਂਜੀ, ਬੈਠੇ ਰਹਿੰਦੇ ਆ। ਅਤੇ ਚਾਰੋਂ ਤਰਫ ਜੀ ਬੰਦ ਹੈ ਜੀ, ਤੁਸੀਂ ਦੇਖ ਸਕਦੇ ਹੋ। ਹਾਂਜੀ, ਅਤੇ ਹਵਾ ਘੱਟ ਲੱਗਦੀ ਹੈ ਜੀ। ਸਹੀ ਆ। ਹਾਂਜੀ, ਅਤੇ ਇੱਕ ਆ ਕਬੂਤਰ ਆ ਜੀ। ਹੈਲੋ ਜੀ, ਚਿੱਟੀਆਂ ਅੱਖਾਂ ਦਾ ਕਬੂਤਰ, ਇਹਦੀ ਅੱਖ ਦੇਖੋ ਪਹਿਲਾਂ ਤੁਸੀਂ। ਇਹਦੀ ਅੱਖ 'ਚ ਦਿਲ ਬਣਿਆ ਹੋਇਆ, ਦੇਖੋ ਜੀ ਦੀਵੇ ਬਣਦੇ ਨੇ ਅੱਖਾਂ ਦੇ ਵਿੱਚ। ਇਹ ਕਬੂਤਰ ਜੀ ਬੇਸੀ ਆਲਮਗੀਰ ਪਹਿਲਵਾਨ ਤੋਂ ਆਇਆ ਹੋਇਆ ਜੀ, ਉਹਦੇ ਚੇਲੇ ਤੋਂ। ਲਾਡੀ ਨਾਂ ਹੈ ਚੇਲੇ ਦਾ, ਲੁਧਿਆਣੇ ਦਾ ਹੀ ਰਹਿਣ ਵਾਲਾ। ਠੀਕ ਹੈ ਜੀ। ਅਤੇ ਉਹਦੇ ਘਰੋਂ ਕਬੂਤਰ ਆਇਆ ਜੀ, ਇਸ ਕਬੂਤਰ ਦੇ ਨਾਲ ਕਬੂਤਰੀ ਵੀ ਲਾ ਕੇ ਦਿੱਤੀ ਉਹਨੇ, ਅਤੇ ਇਹਦੇ ਬੱਚੇ ਬਾਜੀਆਂ ਤੋਂ ਭੱਜਦੇ ਨੇ ਜੀ। ਸਹੀ ਹੈ ਜੀ, ਬਹੁਤ ਸੋਹਣਾ ਬਾਈ, ਵਧੀਆ ਕਬੂਤਰ ਆ। ਅਤੇ ਇਹਦੇ ਨਾਲ ਕਬੂਤਰੀ ਲਾ ਕੇ ਦਿੱਤੀ ਹੈ ਬਾਈ ਨੇ।
ਇਹ ਸ਼ਾਹ ਕਵੀ ਉਸਤਾਦ ਹੋਰ ਦੇ ਘਰੋਂ ਤੋਂ ਆਇਆ ਹੋਇਆ ਕਬੂਤਰਾ ਜੀ ਪੈਰਾਂ ਤੇ ਮੌਜ ਆ ਹਨਾ ਪੈਰਾਂ ਤੇ ਮੌਜ ਹੈ ਬਹੁਤ ਵਧੀਆ ਜੀ ਸਹੀ ਹੈ ਇਹ ਜਿਹੜੇ ਉਸਤਾਦ ਆਣੇ ਦੇ ਸ਼ਾਹ ਅੱਖੇ ਵੱਜਦੇ ਆ ਉਹਨਾਂ ਚੋਂ ਆ ਜੀ ਸਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਬਾਜੀਆਂ 'ਚ ਸਹੀ ਆ ਛੱਡ ਦੇ ਅਤੇ ਇਹਦੇ ਨਾਲ ਲਾਲ ਚੀਨਾ ਕਿਹੜਿਆਂ ਚੋਂ ਇਹ ਜੀ ਘਰ ਦੇ ਕਬੂਤਰਾਂ ਚੋਂ ਆ ਜੀ ਬਹੁਤ ਸੋਹਣਾ ਪੰਛੀ ਹੈ ਵੀ ਇਹ ਘਰ ਚਾਰ ਚਾਰ ਵਜੇ ਤੱਕ ਉੱਡਦਾ ਜੀ ਕਬੂਤਰ ਸੋਹਣਾ ਪੰਛੀ ਅਤੇ ਹੁਣ ਐਤਕੀ ਇਹਦੇ ਨਾਲ ਕੁੱਤਰੀ ਲਾਈ ਹੋਈ ਹੈ ਇਹ ਵੀ ਘਰ ਵਾਲਿਆਂ 'ਚ ਬਣੀ ਹੋਈ ਆ ਕਬੂਤਰੀ ਇਹਦੇ ਬੱਚੇ ਅਸੀਂ ਪਹਿਲਾਂ ਇਹ ਵੀ ਬਾਜੀ ਛੱਡੀ ਹੋਈ ਆ ਇਹ ਵੀ ਭੱਜੀ ਨਹੀਂ ਸੀ ਪਰ ਬਾਜੀ ਅਸੀਂ ਨਹੀਂ ਜਿੱਤ ਸਕੇ ਜੀ ਕਿਸੇ ਕਾਰਨ ਠੀਕ ਹੈ ਜੀ ਅਤੇ ਇਹਦੇ ਇਹਦੇ ਇਹ ਰੁਕਦੀ ਹੈ ਜੀ ਬਾਹਰ ਜਾ ਕੇ ਸਹੀ ਹੈ ਅਤੇ ਅਸੀਂ ਇਹਦੇ ਨਾਲ ਲਾਤੀ ਹੁਣ ਕਿਉਂਕਿ ਇਹ ਕਬੂਤਰ ਵਧੀਆ ਉੱਡਦਾ ਜੀ ਸਹੀ ਹੈ ਘਰੇ ਇਹ ਜਰਚੀ ਅੰਕਾਂ ਦੀ ਕਬੂਤਰੀ ਹਾਂ ਇੱਕ ਇਹ ਵੀ ਕਬੂਤਰ ਹੈ ਹਾਂਜੀ ਇਹ ਵੀ ਕਰਦਾ ਹੀ ਆ ਕਿਹੜਾ ਲਾਲ ਚੀਨਾ ਲਾਲ ਚੀਨਾ ਇਹ ਵਾਲਾ ਇਹ ਜੀ ਆਪਣਾ ਯਾਰ ਦੋਸਤ ਹੈ ਜੀ ਉਹਨੇ ਕਬੂਤਰ ਛੱਡੇ ਸੀ ਜੀ ਅੱਛਾ ਤੇ ਇਹ ਮੇਨ ਜੋੜਾ ਸੀ ਜੀ ਉਹਦਾ ਇਹਦੀ ਕਬੂਤਰੀ ਵੀ ਦਿਖਾਵਾਂਗਾ ਇਹ ਪਰਨੇ ਜੀ ਕਬੂਤਰ ਦੇ ਬਹੁਤ ਵਧੀਆ ਜੀ ਤੇ ਕੱਚੀ ਪੀਲੀ ਅੱਖ ਦਾ ਕਬੂਤਰ ਹੈ ਜੀ ਚੰਗਾ ਸੋਹਣਾ ਕਬੂਤਰ ਹੈ ਬਾਈ ਤੁਹਾਡਾ ਦੇਖੋ ਕਬੂਤਰ ਅੱਖ ਦੇਖੋ ਕਿੰਨੀ ਕਲੈਰਿਟੀ ਆ ਸਾਫ਼ ਆ ਉਡਾਣ ਤੇ ਆਪੇ ਆਏਗੀ ਆਏਗੀ ਤੇ ਬਿਲਕੁਲ ਪਤਲਾ ਜਿਹਾ ਕਬੂਤਰ ਹੈ ਜੀ ਤੇ ਇਹ ਪੰਜੇ ਨੇ ਜੀ ਨਲੀ ਭਰਾ ਕਬੂਤਰ ਹੈ ਜੀ ਨਲੀ ਭਰਾ ਕਬੂਤਰ ਹੈ ਸਹੀ ਹੈ ਤੇ ਇਹਦੀ ਮਦੀਨ ਹੈ ਜੀ ਸਾਫ਼ ਆ ਕਬੂਤਰੀ ਤਾਂ ਜੀ ਬਾਹਰ ਬੈਠੀ ਹੈ ਤਾਂ ਹੋਰ ਦਿਖਾਉਣਾ ਇਹ ਕਬੂਤਰੀ ਹੈ ਜੀ ਇਹ ਚੁੰਬਕ ਵੱਜਦੇ ਨੇ ਜੀ ਅੱਛਾ ਇਹ ਭਾਵੇਂ 10 ਘਰਾਂ ਤੇ ਛੱਡ ਦਿਓ ਜੀ ਕਬੂਤਰ ਅੱਛਾ ਜੀ ਇਹ ਭੱਜਦੇ ਨੇ ਜੀ ਖੱਟੀਆਂ ਅੱਖਾਂ ਦੇ ਇਹ ਘਰੇ 1 ਘੰਟਾ 1.5 ਘੰਟਾ ਉੱਡਣਗੇ ਇਹ ਇਹ ਤੋਂ ਵੱਧ ਨਹੀਂ ਉੱਡਣਗੇ ਠੀਕ ਹੈ ਜੀ ਅਤੇ ਖੇਡ ਪਾਣੀ ਵਧੀਆ ਹੋਏ ਅਤੇ ਸ਼ਾਮ ਕਰਦੇ ਕਬੂਤਰ ਬਾਹਰ ਜਾ ਕੇ ਕਾਲੇ ਪੰਜੇ ਦੇ ਨੇ ਬਹੁਤ ਵਧੀਆ ਜੀ ਅਤੇ ਇਹਦੇ ਨਾਲ ਜੀ ਇੱਕ ਹੋਰ ਹੈ ਇਹ ਘਰੇ 3 ਘੰਟੇ ਉੱਡਦੀ ਹੈ ਜੀ ਕਬੂਤਰੀ ਅਤੇ ਬਾਹਰ ਛੱਡੀ ਤਾਂ ਉੱਥੇ ਹਨੇਰਾ ਪਾ ਗਈ ਸੀ ਕਬੂਤਰੀ ਜੇ ਫੌਜੀ ਪਿਲਖਣੀ ਤੋਂ ਆਈ ਹੋਈ ਕਬੂਤਰੀ ਹੈ ਜੀ ਬਹੁਤ ਵਧੀਆ ਫੌਜੀ ਹੈ ਜੀ ਪਿਲਖਣੀ ਅੰਬਾਲੇ ਦੇ ਲਾਗੇ ਦਾ ਉਹਦੇ ਘਰੋਂ ਆਈ ਹੋਈ ਹੈ ਜੀ ਕਬੂਤਰੀ ਲਓ ਬਾਈ ਤੁਹਾਨੂੰ ਦਿਖਾਈਏ ਬਾਈ ਨੇ ਸਿਆਲਾਂ ਦੇ ਵਿੱਚ ਬਾਹਰ ਮਾਂ ਲਾਸਟ 27 ਤਰੀਕ ਅਤੇ ਬੱਚੇ ਦੇਖ ਲਓ ਕਿੰਨੇ ਸੋਹਣੇ ਪਲੇ ਨੇ ਆਪਣੇ ਤਾਂ ਬਾਈ ਸਾਰੇ ਮਰ ਗਏ ਸੀਗੇ ਨਿੱਕੇ ਨਿੱਕੇ ਜਿੰਨੇ ਹੀ ਗਏ ਸੀ ਅਤੇ ਬਾਈ ਹੋਣਾਂ ਨੇ ਪਾਲੇ ਨੇ ਥੱਲੇ ਪਰਾਲੀ ਪਾਈ ਹੋਈ ਆ ਠੀਕ ਹੈ ਜੀ ਪਰਾਲੀ ਪਾਈ ਹੋਈ ਆ ਤੁਹਾਨੂੰ ਦੱਸ ਦਿੰਦੇ ਹਾਂ ਇਹ ਦੇਖੋ ਇਹ ਉੱਤੇ ਵੀ ਕੱਢੇ ਹੋਏ ਨੇ ਟੋਕਰੀਆਂ ਉਹ ਸਭ ਟੋਕਰੀਆਂ ਦੇ ਵਿੱਚ ਜਿਹੜੇ ਬੱਚੇ ਕੱਢੇ ਹੋਏ ਨੇ ਜੀ ਉੱਤੇ ਕੱਢੇ ਹੋਏ ਬਿਲਕੁਲ ਜੀ ਇਹ ਜਿੰਨੀ ਵੀ ਉੱਪਰ ਤੁਸੀਂ ਟੋਕਰੀਆਂ ਲੱਗੀਆਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਬੱਚੇ ਹੀ ਨੇ ਨਾ ਲੋੜ ਹੀ ਨਹੀਂ ਪਿੱਛੇ ਇਹ ਦੇਖੋ ਜੀ ਇੱਕ ਇਹ ਦੋ ਬਹੁਤ ਵਧੀਆ ਬੱਚੇ ਜਿਹੜੇ ਪਲੇ ਨੇ ਬਾਈ ਹੁਣਾਂ ਦੇ ਕਬੂਤਰੀ ਲੱਗੀ ਹੋਈ ਹੈ ਇਹਦੇ ਨਾਲ
ਇਹ ਵੱਡੇ ਪਿੰਡਾਂ 'ਚੋਂ ਭੱਜਦੇ ਨੇ ਜੀ, ਨਿੱਕੇ ਜਿਹੇ 'ਚ ਖੜਦੇ ਨੇ ਅਤੇ ਵੱਡਿਆਂ 'ਚੋਂ ਭੱਜਦੇ ਨੇ ਜੀ। ਇਹ ਦੋ ਪਰ ਝੜੇ ਹੋਏ ਨੇ ਜੀ, ਇਹਨੇ ਅਤੇ ਇਹ ਕਬੂਤਰੀ ਹੈ ਜੀ, ਲਾਲ ਚੀਨੀ ਤੰਨੇ ਵਾਲੇ ਅਤੇ ਪੁੱਛੋ ਵਾਲੇ ਕਬੂਤਰ ਹੈ ਜੀ। ਠੀਕ ਹੈ, ਇਹ ਬਾਕੀ ਤੁਸੀਂ ਸ਼ੌਂਕ ਜਿਹੜਾ ਕਰ ਰਹੇ ਹੋ ਇਸ ਟਾਈਮ, ਵਿਨਾਇਕ ਭਾਈ ਦੀ ਛੱਤ ਹੈ ਅਤੇ ਉਹਨਾਂ ਦੇ ਕਬੂਤਰ ਨੇ ਜਿਨ੍ਹਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ। ਬਾਕੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਬਾਈ ਉਹਨਾਂ ਦੇ ਦੂਸਰੇ ਹੋਰ ਕਬੂਤਰਾਂ ਦਾ ਵੀ, ਕਾਫੀ ਕਬੂਤਰ ਨੇ ਜੀ, ਬਹੁਤ ਵਧੀਆ ਖੁੱਡੇ ਵੀ ਬਾਈ ਉਹਨਾਂ ਨੇ ਬਣਾਏ ਨੇ ਸਾਰੇ ਦੇ ਸਾਰੇ। ਤੁਸੀਂ ਦੇਖ ਸਕਦੇ ਹੋ ਹਰਾ ਕਲਰ ਕੀਤਾ ਹੋਇਆ ਅਤੇ ਖੁੱਡਿਆਂ ਦੇ ਵਿੱਚ ਉੱਪਰ ਵੀ ਜਿਹੜੇ ਦੇਸੀ ਜਾਨਵਰ ਨੇ ਸਾਰੇ ਦੇ ਸਾਰੇ। ਬਾਜ਼ੀਆਂ ਦਾ ਸ਼ੌਂਕ ਬਹੁਤ ਜ਼ਿਆਦਾ ਵੀਰ ਹੋਣਾ ਨੂੰ। ਇਹਦੇ ਵਿੱਚ ਦੇਖੋ ਜੀ ਕੁਝ ਮਲਵਈ ਅਤੇ ਕੁਝ ਦੇਸੀ ਪੁਰਾਣੀਆਂ ਨਸਲਾਂ ਨੇ, ਇਹਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਵਿਨਾਇਕ ਭਾਜੀ ਤੋਂ ਲੈਂਦੇ ਹਾਂ। ਬਾਈ ਜੀ ਇਹਨਾਂ ਕਬੂਤਰਾਂ ਦੇ ਕੀ ਰਿਕਾਰਡ ਰਹੇ ਆਪਣਿਆਂ ਦੇ? ਇਹ ਸਾਰੇ ਘਰ ਦੇ ਉੱਡਦੇ ਕਬੂਤਰ ਨੇ ਜੀ, ਚੱਲਦੇ। ਠੀਕ ਹੈ ਜੀ, ਐ ਲਓ ਜੀ ਇੱਕ ਚੱਪ ਕਰੈਸ਼ੂ ਫੜਿਆ ਜੀ ਬਾਈ ਹੋਣਾ ਨੇ। ਦੇਸੀ ਕਬੂਤਰ, ਚਿੱਟੀਆਂ ਅੱਖਾਂ, ਬਹੁਤ ਵਧੀਆ ਜੀ। ਇਹ ਕਬੂਤਰ ਸਾਡਾ ਪਹਿਲੀ ਬਾਜੀ 'ਚ ਕਰਨਾਲ ਜਿਹੜਾ ਦੇਸੀਆਂ ਦਾ ਟੂਰਨਾਮੈਂਟ ਹੈ, ਹਾਂਜੀ, ਉਹਦੇ 'ਚ ਇਹਨੇ 7:15 ਦਾ ਟਾਈਮ ਕਰਿਆ ਸੀ। ਠੀਕ ਆ ਜੀ, ਐਂ ਲਓ ਜੀ ਦੇਖੋ ਕਬੂਤਰ ਇਹੀ ਉੱਡਦੇ ਸੀ ਜੀ ਪਹਿਲਾਂ। ਇੱਕ ਆ ਫੜਿਆ ਹੁਣ ਯਾਲਦਾਰ ਭਾਜੀ ਉਹਨਾਂ ਨੇ, ਕੱਟ ਕਰਿਆ ਵਾ ਬੜਾ। ਐਂ ਲਓ ਜੀ ਲਾਲ ਅੱਖਾਂ ਇਸ ਕਬੂਤਰ ਦੀਆਂ ਜੀ, ਬਹੁਤ ਵਧੀਆ ਜੀ। ਬਹੁਤ ਬਹੁਤ ਵਧੀਆ ਨਸਲੀ ਕਬੂਤਰ ਨੇ ਜੀ, ਪੁਰਾਣੀਆਂ ਨਸਲਾਂ ਜਿਹੜੀਆਂ ਹੈਗੀਆਂ ਭਾਜੀ ਉਹਨਾਂ ਨੇ ਸਾਂਭ ਕੇ ਰੱਖੀਆਂ ਨੇ ਅਤੇ ਇਹੀ ਜਿਹੜੇ ਹੈਗੇ ਬਾਜੀ ਦੇ ਵਿੱਚ ਉਡਾਉਂਦੇ ਨੇ ਜੀ, ਅਤੇ ਬੱਚੇ ਵੀ ਸਾਰੇ ਇਹ ਦੇਖੋ ਕਾਲੇ ਕਾਲੇ ਹੀ ਚੱਪ ਜਿਹੀਆਂ ਕੱਢੇ ਨੇ, ਇਹ ਦੇਖੋ ਸਾਰੇ ਦੇ ਸਾਰੇ ਬੱਚੇ ਵੀ ਉਹੋ ਜਿਹੇ ਹੀ ਨੇ। ਐਂ ਇੱਕ ਜੋੜਾ ਦੇਖੋ ਜੀ ਟੈਲੀਆਂ ਦਾ, ਚਿੱਟੀਆਂ ਅੱਖਾਂ ਦੀ, ਬਹੁਤ ਸੋਹਣਾ ਜੋੜਾ। ਕੋਈ ਨਾ ਜੀ ਦੇਖਦੇ ਦਿਖਾ ਦੇਣੇ ਜੀ ਬਾਕੀ ਆਪਾਂ, ਸ਼ੌਂਕ ਕਰੋ ਵੀਰ ਮੇਰੇ। ਬਾਈ ਜੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਈਏ, ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ, ਸੇਲ ਨਹੀਂ ਹੈਗੇ। ਕੋਈ ਵੀ ਵੀਰ ਜਿਹੜਾ ਹੈਗਾ ਸੇਲ ਦੇ ਲਈ ਸੰਪਰਕ ਨਾ ਕਰੇ। ਬਾਕੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਬਾਕੀ ਖੁੱਡਿਆਂ ਦੇ ਵਿੱਚ ਵੀ ਜਿਹੜੇ ਬੰਦ ਪਏ ਨੇ ਕਬੂਤਰ ਉਹਨਾਂ ਦਾ ਵੀ। ਇਹ ਇੱਕ ਹੋਰ ਫੜਿਆ ਜੀ ਪੰਛੀ ਭਾਜੀ ਹੋਣਾਂ ਨੇ, ਇਹ ਵੀ ਕਰੈਸ਼ ਹੋਈ ਆ। ਇਹ ਦੇਖੋ ਜੀ ਇਹਦੀਆਂ ਅੱਖਾਂ ਕਾਲੀਆਂ ਹਰੀਆਂ ਨੇ, ਵਿੱਚ ਹਰਾ ਭਾਅ ਮਾਰਦੀਆਂ ਨੇ, ਕਾਲੀਆਂ ਅੱਖਾਂ ਨੇ ਜੀ ਇਹਦੀਆਂ। ਇਹ ਵੀ ਬਹੁਤ ਉੱਡਦੇ ਨੇ ਸ਼ਾਮ ਸ਼ਾਮ ਦਾ ਟਾਈਮ, ਘਰ ਦੀ ਉਡਾਰ ਲਈ ਆ, ਘਰ ਵਾਲੀਆਂ ਬਾਜੀਆਂ ਦੇ ਵਿੱਚ ਜਿਹੜੇ ਇਸ ਏਰੀਏ ਦੇ ਵਿੱਚ ਜਿਹੜੇ ਹੈਗੇ ਉਹ ਦੇਸੀ ਕਬੂਤਰ ਹੀ ਉਡਾਏ ਜਾਂਦੇ ਨੇ ਜਿਹੜੇ ਸ਼ਾਹ ਜੋੜਿਆ ਜੀ ਇਹ ਤੰਦ ਕਰਵਾਇਆ ਹੋਇਆ। ਠੀਕ ਹੈ, ਇਹ ਜਿਹੜਾ ਹਾਂ ਇਹ ਕਬੂਤਰ ਇਹਦਾ ਅੰਦਰ ਹੈ ਜੀ। ਸਹੀ ਆ, ਕਬੂਤਰ ਫਟ ਕੇ ਉਹਨਾਂ ਕੋਈ ਚੱਕਰ ਹੀ ਨਹੀਂ ਹੈ। ਇਹ ਵੀ ਬਾਈ ਹਣੀ ਬਾਈ ਧੋਗੜੀ ਦੇ ਘਰੋਂ ਆਈ ਕਬੂਤਰੀ, ਇਹ ਬਾਹਰ ਬੈਠੀ ਆ, ਬੱਚੇ ਕੱਢੇ ਹੋਏ ਨੇ, ਦਾਣਾ ਦੇ ਰਹੀ ਆ। ਕਬੂਤਰ ਅੰਦਰ ਹੈ ਜੀ, ਕਬੂਤਰ ਜਿਹੜਾ ਨਰ ਅੰਦਰ ਬੈਠਾ ਹੈ ਜੀ, ਇਹ ਫੜ ਕੇ ਲਿਆ ਜੀ। ਇਹ ਨਰ ਹੈ ਜੀ, ਇਹ ਉਹਨਾਂ ਨੇ ਨਸਲ ਲਈ ਰੋਕਿਆ ਹੋਇਆ ਸੀ ਇਹ ਜੋੜਾ। ਪਸੰਦ ਹੈ ਇਹ ਜੋੜਾ ਹੈ ਜੀ, ਕਰੋ ਸ਼ੌਂਕ ਇਸ ਜੋੜੇ ਦਾ, ਬਹੁਤ ਵਧੀਆ ਜੀ। ਕਾਫੀ ਕਬੂਤਰ ਨੇ ਬਾਈ ਉਹਨਾਂ ਦੇ ਕੋਲ, ਅੱਜ ਕਰੋ ਇਹਨਾਂ ਕਬੂਤਰਾਂ ਦਾ ਸ਼ੌਂਕ। ਇਹ ਮਦੀਨੇ ਨੇ, ਮਦੀਨਾ ਹੀ ਅੱਜ ਸਾਰੀਆਂ ਮਦੀਨਾ
ਇਹ ਕਬੂਤਰੀ ਹੈ ਜੀ ਇਹ ਹਰ ਬਾਜੀ 'ਚ 4:15 ਵਜੇ ਬੈਠਦੀ ਜੀ ਅੱਛਾ ਜੀ ਹਾਂਜੀ 5 ਵਜੇ ਸੀ 5 'ਚ ਇਹਨਾਂ ਟਾਈਮ ਨਹੀਂ ਕੱਟਿਆ ਜੀ ਕਬੂਤਰੀ ਸਹੀ ਆ ਅਤੇ ਇਹਦੀ ਪੱਠੀ ਵੀ ਡਾਈ ਅਸੀਂ ਬਾਜੀ 'ਚ ਅਤੇ ਪੱਠਾ ਵੀ ਡਾਇਆ ਕਬੂਤਰੀ ਦੀਆਂ ਅੱਖਾਂ ਇਹ ਬਟੇਰਨ ਹੈ ਜੀ ਇਹ ਬਟੇਰਿਆਂ ਜੋ ਹੈ ਅਤੇ ਇਹ ਕਬੂਤਰੀ ਦਾ ਆਹ ਰਿਕਾਰਡ ਰਿਹਾ ਜੀ ਜਦੋਂ ਵੀ ਉੜ ਕੇ ਆਈ ਜਿੰਨੀ ਵਾਰ ਅਤੇ ਇਹ ਫੜੀ ਨਹੀਂ ਜਾਂਦੀ ਸੀ ਜਾਲ ਤੋਂ ਵੀ ਅੱਛਾ ਹਾਂਜੀ ਅਤੇ ਕਬੂਤਰੀ ਪੂਰੀ ਤੇਜ਼ ਹੈ ਜੀ ਇਹ ਬਾਹਰ ਛੱਡ ਕੇ ਦੇਖ ਸਹੀ ਅਤੇ ਇਹਦੇ ਨਾਲ ਦੀ ਜਿਹੜੀ ਪੱਠੀ ਹੈ ਜੀ ਉਹੀ ਆਹ ਕਬੂਤਰੀ ਹੈ ਜੀ ਇਹ ਪਹਿਲੀ ਬਾਜੀ 'ਚ 4:53 'ਤੇ ਠੀਕ ਹੈ ਜੀ ਅਤੇ ਬੱਲੇ ਨੇ ਕਬੂਤਰੀ ਦੇ ਅਤੇ ਦੂਜੀ ਬਾਜੀ 'ਤੇ 4:35 ਅਤੇ ਤੀਜੀ ਬਾਜੀ 'ਤੇ 5:11 ਅਤੇ ਚੌਥੀ ਬਾਜੀ 'ਤੇ 5:35 ਅਤੇ ਜਿਹੜੀ ਲਾਸਟ ਬਾਜੀ ਸੀ ਉਹ ਜੋ ਇਹ 5:45 'ਤੇ ਬੈਠੀ ਹੈ ਜੀ ਕਬੂਤਰੀ ਦੇਖੋ ਜੀ ਕਬੂਤਰੀ ਦਾ ਟਾਈਮ ਵੀ ਬਾਈ ਨੂੰ ਜਵਾਨੀ ਨੋਟ ਆ ਕਿਉਂਕਿ ਡਾਈ ਹੋਈ ਆ ਥੱਲੇ ਬਹਿ ਕੇ ਬਹੁਤ ਵਧੀਆ ਅਤੇ ਇਹ 18 'ਚ ਵੀ ਸ਼ਾਮ ਤੱਕ ਬਹਿੰਦੀ ਸੀ ਕਬੂਤਰੀ ਸਹੀ ਹੈ ਜੀ ਆਏ ਵਾਰ ਲਾਸਟ ਇਹ ਕਬੂਤਰੀ ਹੈ ਜੀ ਕਬੂਤਰੀਆਂ 'ਚ ਬਹੁਤ ਵਧੀਆ ਜੀ ਹੋਰ ਹੈ ਜੀ ਇਹ ਪੰਜਾਬੀ ਨੇ ਘਰ ਡਾਏ ਹੋਏ ਨੇ ਸਹੀ ਹੈ ਅਤੇ ਉਸ ਦੂਜੇ ਗੁੱਜਰ ਇਹਦੇ ਵਿੱਚ ਨਾਰਾ ਹਾਂਜੀ ਸਾਵਨ ਸਾਵਨ ਇਹਦੇ ਵਿੱਚ ਜਿਹੜੇ ਹੈਗੇ ਆ ਜ਼ਿਆਦਾ ਨਾਮ ਇਹ ਜੀ ਪਿਛਲੇ ਸਾਲ ਦੇ ਰੋਕੇ ਹੋਏ ਕਬੂਤਰ ਨੇ ਐਤਕੀ ਬਾਜੀ ਛੱਡਾਂਗੇ ਜੀ ਇਹਨਾਂ ਤੋਂ ਸਹੀ ਆ ਹਾਂਜੀ ਅਤੇ ਇਹਦੇ 'ਚ ਇੱਕ ਸਟਾਰ ਵਾਲਾ ਜੋੜਾ ਹੈ ਜੀ ਇੱਥੇ ਇਹ ਉਸਤਾਦ ਵਾਲਾ ਜੋੜਾ ਹੈ ਉਸਤਾਦ ਜੀ ਦੇ ਘਰੋਂ ਆਇਆ ਹੋਇਆ ਜੀ ਅਤੇ ਬੱਚੇ ਕਢਾਉਣ ਲਈ ਦਿੱਤਾ ਹੋਇਆ ਜੀ ਉਸਤਾਦ ਨੇ ਲਓ ਜੀ ਚਿੱਟੀਆਂ ਅੱਖਾਂ ਦਾ ਜੋੜਾ ਜੀ ਇਹ ਕਬੂਤਰੀ ਹੈ ਜੀ ਬਿਲਕੁਲ ਪਤਲੀ ਜੀ ਸਹੀ ਆ ਅਤੇ ਪੰਜੇ ਨੇ ਇਹ ਤਾਂ ਮਿੱਠਾ ਇਹ ਤਾਂ ਕੋਈ ਨਹੀਂ ਅਤੇ ਇਹ ਪੰਜੇ ਨੇ ਬਹੁਤ ਵਧੀਆ ਜੀ ਅਤੇ ਬਾਕੀ ਇਹ ਬਣਦਾ ਜੀ ਬੱਚੇ ਜਿਹੜਾ ਆਹ ਕਬੂਤਰ ਆ ਇਹ ਪੁਰਾਣੇ ਘਰਾਂ ਦਾ ਜੀ ਠੀਕ ਹੈ ਜੀ ਅਤੇ ਘਰੇ ਡਾਇਆ ਹੋਇਆ ਕਬੂਤਰ ਅਤੇ ਇਹ ਕਬੂਤਰ ਦੇ ਪਰਨੇ ਜੀ ਇਹ ਕੁਝ ਵਿੱਚ ਲੱਖੇ ਜੀ ਬੱਚੇ ਬੁਲਾਉਣ ਨੂੰ ਛੱਡੇ ਹੋਏ ਨੇ ਅਤੇ ਬਾਕੀ ਇਹ ਸਾਰੇ ਪਿਛਲੇ ਸਾਲ ਵਾਲੇ ਨੇ ਜੀ ਜਿਹੜੇ ਐਤਕੀ ਬਾਜੀ ਛੱਡਣਗੇ 10 ਪਰ ਸਾਫ ਹੋ ਗਏ ਨੇ ਜੀ ਸਾਰੇ ਸਹੀ ਹੈ ਜੀ ਘਰੇ 3-3 ਵਜੇ ਤੱਕ ਉੱਡਦਾ ਜੀ ਬਹੁਤ ਵਧੀਆ ਸਹੀ ਹੈ ਜੀ ਦੇਖੋ ਜੀ ਆਮ ਬੰਦੇ ਨੂੰ ਤਾਂ ਕਬੂਤਰ ਨਹੀਂ ਫੜਨਾ ਜਵਾਕ ਫੜਨਾ ਸਿੱਖ ਲੈਂਦੇ ਆ ਹੁਣ ਜਿਹਨਾਂ ਨੂੰ ਸ਼ੌਂਕ ਪੈ ਜਾਂਦਾ ਬਈ ਇਹਨਾਂ 'ਤੇ ਕਬੂਤਰ ਫੜਨਾ ਆਉਣਾ ਚਾਹੀਦਾ ਬੰਦੇ ਨੂੰ ਆਹ ਕਬੂਤਰ ਨੇ ਜੀ ਇਹ ਬਚਪਨ 'ਚ ਸ਼ਾਖ ਕੇ ਹੁੰਦੇ ਨੇ ਜੀ ਅੱਛਾ ਅਤੇ ਵੱਡੇ ਹੋ ਕੇ ਟੀਰ ਪਾ ਜਾਂਦੇ ਨੇ ਅੱਖਾਂ ਠੀਕ ਹੈ ਜੀ ਇਹਨੇ ਵੀ ਟੀਰ ਪਾਇਆ ਹੋਇਆ ਅੱਖ 'ਚ ਸਹੀ ਹੈ ਅਤੇ ਇਹ ਪੰਜੇ ਨੇ ਜੀ ਇਹ ਘਰੇ 2-3 ਵਜੇ ਦਾ ਟਾਈਮ ਹੈ ਜੀ ਇਹਨਾਂ ਕਬੂਤਰਾਂ ਦਾ ਐਤਕੀ ਬਾਜੀ 'ਚ ਛੱਡਾਂਗੇ ਜੀ ਇਹਨਾਂ ਨੂੰ ਸਾਰੇ ਪੱਠੇ ਇਹ ਵੀ 10 ਪਰ ਸਾਫ ਹੋ ਗਿਆ ਜਦੋਂ ਜੀ 2-2, 3-3 ਕਲੀ ਦੇ ਹੁੰਦੇ ਨੇ ਜੀ ਅਤੇ ਉਹਦਾ ਤਾਂ ਟਾਈਮ ਹੈ ਜੀ ਨਾ 2-3 ਵਜੇ ਦਾ ਸਹੀ ਹੈ ਜੀ 2-2, 3-3 ਕਲੀ ਦੇ ਬੱਚਿਆਂ ਦਾ ਅਤੇ ਇਹ ਵੀ ਸ਼ਾਖ ਸੀ ਜੀ ਬਚਪਨ 'ਚ ਅਤੇ ਬਾਅਦ 'ਚ ਅੱਖਾਂ 'ਚ ਹਾਂ ਜੀ ਖੱਡਾਪਨ ਆ ਗਿਆ ਟੀਪ ਪੈ ਗਏ ਅਤੇ ਇਹ ਪੂਰੀ ਇਹ ਸਾਫ਼ ਕਰ ਗਿਆ ਸਹੀ ਹੈ ਜੀ ਥੋੜ੍ਹਾ ਜਿਹਾ ਰਹਿ ਗਿਆ ਨਿਸ਼ਾਨ ਅਤੇ ਇੱਕ ਹੋਰ ਹੈ ਜੀ ਇਹ 3 ਭਰਾ ਨੇ ਜੀ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਜਿਹੜਾ ਉਹ ਤੁਹਾਨੂੰ ਹੈਲੀਕਾਪਟਰ ਦਿਖਾਇਆ ਜੀ ਉਹਦੇ ਪੱਠੇ ਨੇ ਜੀ ਇਹ ਸਹੀ ਹੈ ਅਤੇ ਇਹ ਵੀ ਟੀਰ ਪਾ ਗਿਆ ਜੀ ਅੱਖ 'ਚ ਉਹ ਲਾਲ ਡੱਬੀ ਹੈ ਨੇ ਜਿਹੜੀ ਜੀ ਕਾਕੇ ਵਾਲੀ ਹਾਂਜੀ ਅਤੇ ਉਹ ਉਹਦੇ ਕਰਕੇ ਅੱਖ 'ਚ ਟੀਰ ਪਾਉਂਦੇ ਨੇ ਸਹੀ ਹੈ ਹਾਂ ਬਹੁਤ ਵਧੀਆ ਬਾਈ ਜੀ ਥੋੜ੍ਹਾ ਸ਼ੌਂਕ
लाल चीना भी देखो कि सोहना कबूतर है पंछी चिट्टियां अखां बहुत वधिया जी ਜਿਹੜੇ ਇਹ ਲਾਲ ਨੇ ਜੀ ਇਹ ਤਿੰਨ ਤਿੰਨ ਚਾਰ ਚਾਰ ਵਜੇ ਬਹਿੰਦੇ ਨੇ ਘਰੇ ਕਾਲੀਆਂ ਅੱਖਾਂ ਹਾਂ ਕਾਲੀਆਂ ਅੱਖਾਂ ਦਾ ਜੀ ਵਧੀਆ ਤੇ ਇਹ ਪੰਜੇ ਨੇ ਜੀ ਇਹਦੇ ਬਹੁਤ ਵਧੀਆ ਫਿਰ ਤੇ ਇਹ ਲਾਲ ਵੀ ਇਹਦੇ ਭਰਾ ਇਹ ਜਿੰਨੇ ਲਾਲ ਨੇ ਸਾਰੇ ਇੱਕ ਹੀ ਮਾਂ ਬਾਪ ਦੇ ਨੇ ਸਹੀ ਹੈ ਵੀਰੇ ਤੇ ਬਹੁਤ ਵਧੀਆ ਤੁਹਾਡਾ ਸ਼ਾਂਤ ਇੱਕ ਆਹ ਪੁੱਤਰ ਹੈ ਇਹਦਾ ਘਰੇ ਚਾਰ ਚਾਰ ਪੰਜ ਪੰਜ ਵਜੇ ਦਾ ਟਾਈਮ ਸੀ ਜਿਹੜੇ ਪੁਰਾਣੇ ਘਰਾਂ 'ਚ ਠੀਕ ਹੈ ਜੀ ਅਤੇ ਇਹ ਛੱਤਰੀ 'ਤੇ ਲੱਗਿਆ ਹੋਇਆ ਸੀ ਜੀ ਕਬੂਤਰ ਆਪਣੇ ਆਪ ਹੀ ਲੱਗਿਆ ਸੀ ਜੀ ਛੱਤਰੀ ਲੱਗੀ ਰਹਿੰਦੀ ਸੀ ਛੱਤਰੀ 'ਤੇ ਉਤਰਦਾ ਸੀ ਅਤੇ ਇਹ ਕਬੂਤਰ ਨੂੰ ਵੀ ਐਤਕੀ ਬਾਜੀ ਛੱਡਾਂਗੇ ਜੀ ਅਸੀਂ ਠੀਕ ਹੈ ਜੀ ਬਹੁਤ ਵਧੀਆ ਸ਼ੌਂਕ ਆ ਪਰਮਾਤਮਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਬਾਕੀ ਬਾਈ ਦਾ ਸ਼ੌਂਕ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਜੀ ਬਾਈ ਦੀ ਉੱਪਰਲੀ ਛੱਤ ਆ ਜਿੱਥੇ ਕਾਫੀ ਕਬੂਤਰ ਛੱਡੇ ਹੋਏ ਨੇ ਬਾਈ ਹੋਣਾਂ ਨੇ ਆਪਾਂ ਉਰੇ ਲਗਾਇਆ ਜੀ ਹੂਟਰ ਸਿਸਟਮ ਚੋਰੀ ਦਾ ਖਤਰਾ ਸੀ ਅਤੇ ਬਹੁਤ ਸਾਰੇ ਕਬੂਤਰ ਨੇ ਇਸ ਖੁੱਡੇ ਦੇ ਵਿੱਚ ਵੀ ਜੀ ਪੂਰੇ ਦਾ ਪੂਰਾ ਸਾਰੇ ਨਰ ਨੇ ਅਤੇ ਇਹਦੇ 'ਚ ਸੱਤ ਅੱਠ ਮਦੀਨਾ ਛੋਟੇ ਹੋਏ ਜੀ ਮਸਤੀ ਜਾਣ ਲਈ ਅਤੇ ਹਿੱਲ ਜਾਂਦੇ ਨੇ ਜੀ ਸਹੀ ਆ ਸਹੀ ਆ ਅਤੇ ਐਂ ਭੱਜਦੇ ਬੜੇ ਨੇ ਜੀ ਸਹੀ ਆ ਜੀ ਐ ਲਓ ਜੀ ਕਰੋ ਸ਼ੌਂਕ ਮੇਰੇ ਵੀ ਹੁਣ ਤੁਹਾਨੂੰ ਖੁੱਡੇ ਦੇ ਅੰਦਰ ਵੀ ਦਿਖਾ ਦਿੰਦੇ ਹਾਂ ਜੀ ਪੂਰਾ ਖੁੱਡਾ ਜਿਹੜਾ ਭਰਿਆ ਹੋਇਆ ਕਬੂਤਰਾਂ ਦੇ ਨਾਲ ਜੀ ਲਓ ਬਾਈ ਜੀ ਅਤੇ ਬਾਈ ਘਰ ਦੀ ਬਾਜੀ ਚੜਾਏ ਹੋਏ ਕਬੂਤਰ ਵੀ ਨੇ ਜੀ ਠੀਕ ਹੈ ਜੀ ਦਿਖਾਵਾਂ ਜੀ ਫਟ ਗਏ ਐ ਲਓ ਜੀ ਕਰੋ ਸ਼ੌਂਕ ਉੱਤੇ ਬੈਠਣ ਦਾ ਸਿਸਟਮ ਵੀ ਬਹੁਤ ਵਧੀਆ ਕੀਤਾ ਹੋਇਆ ਡੰਡੇ ਦੇ ਉੱਪਰ ਡੰਡਾ ਲਾਇਆ ਹੋਇਆ ਜੀ ਖੁੱਡਾ ਵੀ ਪੂਰਾ ਖੁੱਲ੍ਹਾ ਬਣਾਇਆ ਬਾਈ ਉਹਨਾਂ ਨੇ ਬਹੁਤ ਪੁਰਾਣੀਆਂ ਪੁਰਾਣੀਆਂ ਨਸਲਾਂ ਜਿਹੜੀਆਂ ਕਾਲਸਰੇ ਕਬੂਤਰਾਂ ਦੀਆਂ ਬਾਈ ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ ਉਹ ਕਾਲੇ ਚੱਪ ਤੋਂ ਬਣਿਆ ਹੋਇਆ ਕਬੂਤਰ ਹੈ ਜੀ ਪੂਰਾ ਦੀੜ ਅਤੇ ਇਹ ਪੂੰਛ ਤੋਂ ਦੁਮ 'ਚ ਰਿਹਾ ਜੀ ਬਹੁਤ ਵਧੀਆ ਅਤੇ ਇਹ ਕਬੂਤਰ ਦੀਆਂ ਅੱਖਾਂ ਹੈ ਸਹੀ ਅਤੇ ਕਾਲੇ ਪੰਜੇ ਨੇ ਜੀ ਇਹਦੇ ਅਤੇ ਇਹ ਬਾਜੀਆਂ 'ਚੋਂ ਕਬੂਤਰ ਜੀ ਪਹਿਲੀ ਬਾਜੀ 'ਤੇ ਤਾਂ 3:30 ਅਤੇ ਦੂਜੀ ਬਾਜੀ 'ਤੇ 4 ਵਜੇ ਦੇ ਨੇੜੇ ਤੇੜੇ ਅਤੇ ਹੋਰ ਦਾ ਮੈਨੂੰ ਟਾਈਮ ਯਾਦ ਨਹੀਂ ਇਹਦਾ ਲਾਸਟ ਬਾਜੀ 'ਚ ਇਹ 4:30 ਹੋਇਆ ਜ਼ਿਆਦਾ ਚਾਪੀ ਡਾਂਦੇ ਹੋ ਤੁਸੀਂ ਹੈ ਨਾ ਹਾਂਜੀ ਇਹ ਇਹਨਾਂ ਦੀ ਫੁੱਲ ਗਰੰਟੀ ਆ ਜੀ ਇਹ ਵਾਪਸ ਹੋਣਗੇ ਘਰੇ 90% ਚਾਂਸ ਇਹਦਾ ਵਾਪਸ ਆਉਣ ਸਹੀ ਹੈ ਸਹੀ ਹੈ ਜਿੰਨੀ ਮਰਜ਼ੀ ਗਰਮੀ ਹੋਵੇ ਹਾਂ ਇੱਕ ਫੈਂਸੀ ਆ ਵਿੱਚ ਜਿਹੜਾ ਹਾਂਜੀ ਇਹ ਫੈਂਸੀ ਹੈ ਜੀ ਇਹ ਮੁੰਡੇ ਦਾ ਫੜਿਆ ਦੀਦੀ ਅਤੇ ਉਹਦੇ ਨਾਲ ਸਾਡੀ ਬਣਦੀ ਨਹੀਂ ਉਹਨੇ ਫੈਂਸੀ ਰੱਖੇ ਹੋਏ ਨੇ ਸਹੀ ਹੈ ਸਹੀ ਤੇ ਮਹਾ ਤੂੰ ਭੁੱਲ ਜਾਏ ਕਬੂਤਰ ਤਾਂ ਚੱਲ ਠੀਕ ਆ ਤਾਂ ਫੈਂਸੀ ਵਧੀਆ ਲੱਗਦਾ 100 ਪੀਸ ਜਾਂ ਠੀਕ ਬਹੁਤ ਵਧੀਆ ਬਾਈ ਜੀ ਤੁਹਾਡਾ ਸ਼ੌਂਕ ਲੱਗਾ ਪਰਮਾਤਮਾ ਤਰੱਕੀਆਂ ਦਾ ਵੀ ਚੜ੍ਹਦੀਆਂ ਕਲੀਆਂ 'ਚ ਰੱਖੇ ਅਤੇ ਤੰਦਰੁਸਤੀਆਂ ਬਖਸ਼ੇ ਅਤੇ ਬਾਈ ਜੀ ਇੱਕ ਵਾਰ ਫਿਰ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ ਤੁਹਾਡੇ ਵਾਸਤੇ ਵਧੀਆ ਵਧੀਆ ਸ਼ੌਂਕ ਲੈ ਕੇ ਅਸੀਂ ਆਉਂਦੇ ਰਹਿੰਦੇ ਹਾਂ ਅਤੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ